ਸਤਰੀય ਕਾਲ 12ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਵਿਸ਼ੇ ਦੀ ਸ਼ੀਟ ਨੰਬਰ 5 ਰਾਸ਼ਟਰੀ ਉਪਲਬਧੀ ਸਰਵੇਖਣ ਪਹਿਲਾ ਸਵਾਲ ਹੈ ਜੀ ਮੇਲੇ ਦਾ ਹਰ ਦ੍ਰਿਸ਼ ਮਨਮੋਣਾ ਤੇ ਸੁਹਾਵਣਾ ਹੋਣ ਦੇ ਨਾਲ ਹੋਰ ਕਿਸ ਚੀਜ਼ ਦੀ ਪ੍ਰਤੀਨਿਤਾ ਕਰਦਾ ਹੈ ਉੱਤਰ ਹੈ ਜੀ ਸੱਭਿਆਚਾਰਕ ਪ੍ਰਤੀਨਿਤਾ ਦੂਜਾ ਸਵਾਲ ਗੁਰੂ ਗੋਬਿੰਦ ਸਿੰਘ ਜੀ Holi ਵਾਲੇ ਦਿਨ आनंदपुर साहिब ਵਿਖੇ ਯੋਧਿਆਂ ਦੇ ਦੋ ਦਲ ਬਣਵਾ ਕੇ ਕੀ ਕਰਵਾਉਂਦੇ ਸਨ ਉੱਤਰ ਹੈ ਜੀ ਮਸਨੂਈ ਲੜਾਈ ਤੀਜਾ ਸਵਾਲ ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ ਉੱਤਰ ਹੈ ਜੀ ਗੁੱਗੇ ਦੀ ਯਾਦ ਵਿੱਚ ਚੌਥਾ ਸਵਾਲ ਮਹਨਜੋਦੜੋ ਤੇ ਹੜੱਪਾ ਦੀ ਖੁਦਾਈ ਕਰਦੇ ਸਮੇਂ ਲੱਭੀਆਂ ਮੂਰਤੀਆਂ ਵਿੱਚੋਂ ਇੱਕ ਮੂਰਤੀ ਕਿਸ ਦੀ ਹੈ ਜਵਾਬ ਹੈ ਜੀ Devi Mata Di 5ਵਾਂ ਸਵਾਲ ਜਰਗ ਦਾ ਮੇਲਾ ਕਿੱਥੇ ਅਤੇ ਕਿਸ ਨੂੰ ਪਤੇਉਣ ਲਈ ਲੱਗਦਾ ਹੈ ਉੱਤਰ ਜਰਗ ਪਿੰਡ ਵਿੱਚ ਸੀਤਲਾ ਮਾਤਾ ਨੂੰ ਪਤੇਉਣ ਲਈ 6ਵਾਂ ਸਵਾਲ ਮਾਗੀ ਵਾਲੇ ਦਿਨ ਮੁਕਤਸਰ ਦੇ ਪਾਵਨ ਸਰੋਵਰ ਵਿੱਚ ਸੰਗਤਾਂ ਕੀ ਕਰਦੀਆਂ ਹਨ ਜਵਾਬ ਹੈ ਜੀ ਇਸ਼ਨਾਨ ਕਰਦੀਆਂ ਹਨ 7ਵਾਂ ਸਵਾਲ ਰਤ ਦਾ ਸਵਾਦ ਮਾਨਣ ਲਈ ਕਣਕ ਦੀਆਂ ਬੱਲੀਆਂ ਅਤੇ ਛੋਲਿਆਂ ਦੀਆਂ ਹੋਲਾ ਭੁੰਨ ਕੇ ਕਿਹੜੇ ਮਹੀਨੇ ਖਾਧੀਆਂ ਜਾਂਦੀਆਂ ਹਨ ਉੱਤਰ ਹੈ ਜੀ ਚੇਤਰ ਮਹੀਨੇ ਵਿੱਚ 8ਵਾਂ ਸਵਾਲ ਪੰਜਾਬ ਦੇ ਮੇਲੇ ਤੇ ਤਿਉਹਾਰ ਲੇਖ ਦਾ ਲੇਖਕ ਕੌਣ ਹੈ ਜਵਾਬ ਹੈ ਐਸ ਐਸ ਵਣਜਾਰਾ ਬੇਦੀ 9ਵਾਂ ਸਵਾਲ ਨਰਾਤਿਆਂ ਵਿੱਚ ਪੰਜਾਬ ਦੇ ਕਸਬਿਆਂ ਤੇ ਸ਼ਹਿਰਾਂ ਵਿੱਚ ਕਿਹੜਾ ਲੋਕਨਾਟ ਖੇਡਿਆ ਜਾਂਦਾ ਹੈ? ਜਵਾਬ ਹੈ RAM LILA। 10ਵਾਂ ਸਵਾਲ ਸਾਂਜੀ ਮਾਈ ਦੀ ਮੂਰਤੀ ਨੂੰ ਜਲ ਪ੍ਰਵਾਹ ਕਿਸ ਦਿਨ ਕੀਤਾ ਜਾਂਦਾ ਹੈ? ਉੱਤਰ ਹੈ ਦੁਸਹਿਰੇ ਵਾਲੇ ਦਿਨ। ਅੱਗੇ ਅਸੀਂ ਗਲਤ ਜਾਂ ਠੀਕ ਚੁਣਨਾ ਹੈ। ਪਹਿਲਾ ਸਵਾਲ ਪੰਜਾਬ ਦੇ ਬਹੁਤੇ ਮੇਲੇ ਮੌਸਮਾਂ ਰੁੱਤਾਂ ਤੇ ਤਿਉਹਾਰਾਂ ਨਾਲ ਸੰਬੰਧਿਤ ਹਨ ਸਹੀ ਦੂਜਾ ਮੇਲਾ ਬੀਜ ਰੂਪ ਵਿੱਚ ਪੰਜਾਬੀ ਚਿੱਤਰ ਵਿੱਚ ਸਮਾਇਆ ਹੋਇਆ ਹੈ ਸਹੀ ਤੀਜਾ ਫੱਗਣ ਮਹੀਨੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਗਲਤ ਚੌਥਾ ਛਪਾਰ ਪਿੰਡ ਵਿੱਚ ਭਾਦਰੋਂ ਸੁਦੀ 14 ਨੂੰ ਮੇਲਾ ਲੱਗਦਾ ਹੈ ਸਹੀ ਪੰਜਵਾਂ ਮੁਕਤਸਰ ਵਿਖੇ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਗਲਤ ਛੇਵਾਂ ਜਰਗ ਵਿਖੇ ਰੌਸ਼ਨੀ ਦਾ ਮੇਲਾ ਲੱਗਦਾ ਹੈ ਗਲਤ ਸਤਵਾਂ ਫਤੇਗੜ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਤ ਜੋੜ ਮੇਲਾ ਲੱਗਦਾ ਹੈ ਸਹੀ 8ਵਾਂ ਪੰਜਾਬ ਵਿੱਚ ਨਵਾਂ ਵਰਾ ਚੇਤਰ ਦੀ 1 ਇਕਮ ਤੋਂ ਸ਼ੁਰੂ ਹੁੰਦਾ ਹੈ ਬਿਲਕੁਲ ਸਹੀ 9ਵਾਂ ਪਹਿਲੇ ਨਰਾਤੇ ਵਾਲੇ ਦਿਨ ਕੁੜੀਆਂ ਘਰ ਦੀ ਕਿਸੇ ਨੁਕਰੇ ਕਣਕ ਬੀਜਦੀਆਂ ਹਨ ਗਲਤ 10ਵਾਂ ਚੇਤਰ ਸੁਦੀ 9 ਨੂੰ ਰਾਮ ਨੌਵੀਂ ਦਾ ਤਿਉਹਾਰ ਆਉਂਦਾ ਹੈ ਬਿਲਕੁਲ ਸਹੀ ਧੰਨਵਾਦ